ਪੈਰਿਸ ਓਲੰਪਿਕ ਦੇ ਵਿੱਚ ਹਾਕੀ ਟੀਮ ਦੇ ਵੱਲੋਂ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। 10 ਖਿਡਾਰੀ ਪੰਜਾਬ ਤੋਂ ਨੇ, ਇਸ ਲਈ ਜ਼ਿਆਦਾ ਖੁਸ਼ੀ ਇਸ ਲਈ ਵੀ ਪਾਈ ਜਾਂਦੀ ਹੈ। ਬੀਤੇ ਦਿਨ ਅੰਮ੍ਰਿਤਸਰ ਤੋਂ ਤਸਵੀਰਾਂ ਜੋ ਸਾਹਮਣੇ ਆਈਆਂ ਸਨ ਪਰਿਵਾਰਕ ਮੈਂਬਰਾਂ ਦੀਆਂ, ਹੁਣ ਜਲੰਧਰ ਤੋਂ ਵੀ ਸਾਹਮਣੇ ਆਈਆਂ ਨੇ, ਜਿੱਥੇ ਕਿ ਓਲੰਪੀਅਨ ਮਨਪ੍ਰੀਤ ਸਿੰਘ ਦੇ ਘਰ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ, ਮਿਠਾਈਆਂ ਖਵਾਈਆਂ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਕੇ ਦੇ ਉੱਪਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ। ਇਸ ਦੌਰਾਨ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ਦੇ ਉੱਪਰ ਮਾਣ ਹੈ। ਮੈਂ ਕੁਛ ਕਹਿ ਨਹੀਂ ਸਕਦੀ, ਪਰਮਾਤਮਾ ਅੱਗੇ ਅਰਦਾਸ ਕਰੀ ਜਾਂਦੀ ਸੀ। ਸੁਬਾਹ ਅਸੀਂ ਸੁੱਚੇ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਦੇ ਗਏ ਸੀਗੇ। ਮੈਂ ਕਹੀ ਜਾਂਦੀ, ਬਾਬਾ ਜੀ ਤੁਹਾਡੇ ਆਏ ਤੁਸੀਂ ਹੁਣ ਮੰਨ ਲਓ, ਕਹਿਣਾ ਹੁਣ ਮੰਨ ਮੰਨ ਲਿਆ ਬਾਬਾ ਜੀ ਨੇ। ਮੈਂ ਕਿਹਾ ਬੇੜਾ ਬੰਨੇ ਲਾਤਾ ਜੀ ਮੱਖਣ ਚਾਲ ਬਾਣੇ ਦਾ, ਮੇਰਾ ਵੀ ਅੱਜ ਲਾ ਦਿਓ, ਅੱਜ ਮੇਰਾ ਵੀ ਲਾਤਾ। ਅੱਛਾ, ਤੋ ਕਹੀਂ ਨਾ ਕਹੀਂ ਕਿਉਂਕਿ ਮੁਕਾਬਲਾ ਅੱਜ ਵੀ ਥੋੜ੍ਹਾ ਕਹੀਂ ਨਾ ਕਹੀਂ ਫਸਵਾਂ ਨਜ਼ਰ ਆ ਰਿਹਾ ਥਾ, ਕਿਉਂਕਿ ਪਹਿਲਾ ਗੋਲ ਸਪੇਨ ਕੀ ਤਰਫ ਸੇ ਕੀਆ ਗਿਆ, ਫਿਰ ਭਾਰਤ ਕੀ ਤਰਫ ਸੇ ਲਗਾਤਾਰ ਗੋਲ ਕੀਏ ਗਏ, ਪਹਿਲੇ ਹਾਫ ਮੇਂ ਪਹਿਲਾ ਵੀ ਦੂਸਰੇ ਹਾਫ ਮੇਂ ਦੂਸਰਾ। ਬਹੁਤ ਜ਼ਿਆਦਾ ਖੁਸ਼ੀ, ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦੀ, ਇਤਨੀ ਖੁਸ਼ੀ ਬਹੁਤ ਜ਼ਿਆਦਾ। ਅਭੀ ਮਨਪ੍ਰੀਤ ਕੇ ਸਾਥ ਆਪਕੀ ਫੋਨ ਪਰ ਬਾਤ ਵੀ ਹੋਈ ਹੈ ਵੀਡੀਓ ਕਾਲਿੰਗ ਕੇ ਜ਼ਰੀਏ, ਕਿਆ ਕਹਿ ਰਹੇ ਥੇ ਮਨਪ੍ਰੀਤ ਕੋ ਲੇਕਰ, ਕਿਉਂਕਿ ਸ਼੍ਰੀ ਨੀਸ਼ ਤੋ ਆਪਕੇ ਫੇਵਰੇਟ ਹੈ। ਹਾਂ, ਉੱਥੇ ਤੋ ਕਿਆ ਬਾਤਚੀਤ ਕਿਆ ਹੋਈ ਅਭੀ ਫੋਨ ਪੇ? ਉਸ ਬਸ ਇਹੀ ਸਤਿ ਸ਼੍ਰੀ ਅਕਾਲ ਮੰਮਾ, ਠੀਕ ਆ ਠੀਕ ਆ ਠੀਕ ਆ, ਚੱਕ ਦੇ ਇੰਡੀਆ, ਬਸ ਇੱਕ ਵਾਰ ਕਰਕੇ ਦਿਖਾ ਦਿਓ, ਚੱਕ ਦੇ ਇੰਡੀਆ।